हाँ जी, साडे कोल यूनिट थर्ड का अगला क्वेश्चन है, रिश्तेदारी तो की भाव है स्पष्ट करो। रिश्तेदारी का की मतलब हुंदा है? सब तो पहली गल जो असी किन्ने दिनों तो कर रहे हाँ कि मनुख समाज दे विच कदे भी इकला नहीं हुंदा। वो जन्म तो ही कई लोगों के नाल संबंधा दे विच घिरिया हुंदा है। उसके आले दुआले काफ़ी ज़्यादा व्यक्ति रहिंदे हन जिन्हां नाल वो किसी ना किसी संबंध दे विच जुड़िया हुंदा है। तां इन्हां संबंधां नूं ही असी रिश्तेदारी का नाम दिंदे हाँ। ये रिश्तेदारियां जो हुंदियां हन उन्हां नाल व्यक्ति किसी ना किसी तरह दूजे व्यक्ति नाल जुड़िया हुंदा है। तां रिश्तेदारी नूं असी दो तरह के संबंधों में वंड सकते हाँ, खून संबंधी रिश्तेदारी ते ब्याह संबंधी रिश्तेदारी। हुण जे खून संबंधी रिश्तेदारी की गल करिए तां उस विच खून दे रिश्ते शामिल हुंदे हन, जिन्हां विच असी माता पिता दे बच्चियां दी गल करिए या अपने भैन भरावां दी गल करिए तां इह सारे जिहड़े संबंध हुंदे हन इह खूनी संबंध हुंदे हन, खून दे नाल रिश्ते जुड़े हुंदे हन। ਵਿਆਹ ਸੰਬੰਧੀ ਰਿਸ਼ਤੇਦਾਰੀ ਦੀ ਗੱਲ ਕਰੀਏ ਤਾਂ ਇਸ ਵਿੱਚ ਵਿਆਹ ਤੋਂ ਬਾਅਦ ਜੋ ਰਿਸ਼ਤੇਦਾਰੀਆਂ ਬਣਦੀਆਂ ਹਨ ਉਹਨਾਂ ਨੂੰ ਅਸੀਂ ਵਿਆਹ ਸੰਬੰਧੀ ਰਿਸ਼ਤੇਦਾਰੀਆਂ ਕਹਿੰਦੇ ਹਾਂ। ਜਿਵੇਂ ਪਤੀ ਪਤਨੀ ਦੇ ਵਿਆਹ ਤੋਂ ਬਾਅਦ ਉਹਨਾਂ ਦੇ ਨਵੇਂ ਰਿਸ਼ਤੇ ਆਉਂਦੇ ਹਨ। ਕਿਸੇ ਦੇ ਸਹੁਰੇ ਦੀ ਗੱਲ ਕਰੀਏ ਜਾਂ ਸੱਸ ਦੀ ਗੱਲ ਕਰੀਏ ਜਾਂ ਅੱਗੇ ਐਵੇਂ ਦੇ ਹੀ ਹੋਰ ਰਿਸ਼ਤੇਦਾਰੀਆਂ ਦੀ ਗੱਲ ਕਰੀਏ ਤਾਂ ਜਿਹੜੀਆਂ ਨਵੀਂ ਰਿਸ਼ਤੇਦਾਰੀਆਂ ਬਣਦੀਆਂ ਹਨ ਵਿਆਹ ਤੋਂ ਬਾਅਦ ਬਣਦੀਆਂ ਹਨ ਉਹਨਾਂ ਨੂੰ ਅਸੀਂ ਵਿਆਹ ਸੰਬੰਧੀ ਰਿਸ਼ਤੇਦਾਰੀਆਂ ਕਹਿੰਦੇ ਹਾਂ। ਤਾਂ ਇਸ ਤਰ੍ਹਾਂ ਰਿਸ਼ਤੇਦਾਰੀ ਦਾ ਮਤਲਬ ਹੁੰਦਾ ਹੈ ਸਮਾਜ ਵਿੱਚ ਜਿਸ ਸੰਬੰਧ ਦੇ ਨਾਲ ਵਿਅਕਤੀ ਬਾਕੀ ਲੋਕਾਂ ਦੇ ਨਾਲ ਜੁੜਿਆ ਹੁੰਦਾ ਹੈ ਉਸਨੂੰ ਅਸੀਂ ਰਿਸ਼ਤੇਦਾਰੀ ਕਹਿੰਦੇ ਹਾਂ। ਅਤੇ ਇਸ ਨੂੰ ਅਸੀਂ ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ, ਖੂਨ ਸੰਬੰਧੀ ਰਿਸ਼ਤੇਦਾਰੀ ਅਤੇ ਵਿਆਹ ਸੰਬੰਧੀ ਰਿਸ਼ਤੇਦਾਰੀ। ਇਸ ਤੋਂ ਬਾਅਦ ਜੋ ਸਾਡੇ ਕੋਲ ਪ੍ਰਸ਼ਨ ਆਉਂਦਾ ਹੈ ਉਹ ਹੈ ਰਿਸ਼ਤੇਦਾਰੀ ਦੀਆਂ ਵੱਖ ਵੱਖ ਰੀਤੀਆਂ ਦੀ ਵਿਆਖਿਆ ਕਰੋ। ਹੁਣ ਜੇ ਰਿਸ਼ਤੇਦਾਰੀ ਦੀ ਗੱਲ ਕਰੀਏ ਤਾਂ ਇਸ ਵਿੱਚ ਵੀ ਵੱਖ ਵੱਖ ਰੀਤੀ ਰਿਵਾਜ ਹੁੰਦੇ ਹਨ। ਜੇ ਰਿਸ਼ਤੇਦਾਰੀ ਸਾਡੀ ਖੂਨ ਸੰਬੰਧੀ ਹੁੰਦੀ ਹੈ ਤਾਂ ਉਸਦੇ ਵਿੱਚ ਵੀ ਕਈ ਅਲੱਗ ਤਰ੍ਹਾਂ ਦੇ ਰੀਤੀ ਰਿਵਾਜ ਹੁੰਦੇ ਹਨ, ਅਤੇ ਜੇ ਵਿਆਹ ਸੰਬੰਧੀ ਜਿਹੜੇ ਰਿਸ਼ਤੇਦਾਰੀ ਹੁੰਦੀ ਹੈ ਉਹਦੇ ਵਿੱਚ ਵੀ ਅਲੱਗ ਅਲੱਗ ਰੀਤੀ ਰਿਵਾਜ ਹੁੰਦੇ ਹਨ। ਤਾਂ ਇਹ ਰੀਤੀ ਰਿਵਾਜ਼ਾਂ ਦੇ ਅਨੁਸਾਰ ਅਸੀਂ ਆਪਣੇ ਪਰਿਵਾਰ ਨੂੰ ਡਿਫਾਈਨ ਕਰ ਸਕਦੇ ਹਾਂ। ਸਾਡੇ ਕੋਲ ਸਭ ਤੋਂ ਪਹਿਲਾਂ ਜਿਹੜਾ ਪੁਆਇੰਟ ਆਉਂਦਾ ਹੈ ਉਹ ਹੈ ਪਰਿਹਾਰ ਦਾ। ਪਰਿਹਾਰ ਦਾ ਮਤਲਬ ਹੁੰਦਾ ਹੈ ਉਹ ਰਿਸ਼ਤੇ ਜਾਂ ਉਹ ਜੋ ਸੰਬੰਧ ਹਨ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਵਿੱਚ ਹੁੰਦੇ ਹਨ, ਜਿਨ੍ਹਾਂ ਕਰਕੇ ਇੱਕ ਦੂਜੇ ਤੋਂ ਦੂਰ ਰਹਿੰਦੇ ਹਨ ਪਰ ਕਿਸੇ ਨਾ ਕਿਸੇ ਸੰਬੰਧ ਦੇ ਵਿੱਚ ਜੁੜੇ ਹੁੰਦੇ ਹਨ। ਜਿਵੇਂ ਅਸੀਂ ਪੁੱਤਰ ਅਤੇ ਨੂੰਹ ਦੀ ਗੱਲ ਕਰੀਏ ਜਾਂ ਜਵਾਈ ਅਤੇ ਸੱਸ ਦੀ ਗੱਲ ਕਰੀਏ, ਜਿਵੇਂ ਸਹੁਰਾ ਆਪਣੀ ਨੂੰਹ ਤੋਂ ਦੂਰ ਰਹਿੰਦਾ ਹੈ ਜਾਂ ਜਵਾਈ ਆਪਣੀ ਸੱਸ ਤੋਂ ਦੂਰ ਰਹਿੰਦਾ ਹੈ, ਪਰ ਇਹਨਾਂ ਦੇ ਵਿੱਚ ਇੱਕ ਰਿਸ਼ਤਾ ਬਣਿਆ ਹੁੰਦਾ ਹੈ ਜਿਹਦੇ ਕਰਕੇ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ। ਤਾਂ ਇਸ ਤਰ੍ਹਾਂ ਦੇ ਰਿਸ਼ਤੇ ਨੂੰ ਅਸੀਂ ਪਰਿਹਾਰ ਰਿਸ਼ਤੇ ਕਹਿੰਦੇ ਹਾਂ। ਮਾਧਿਅਮ ਸੰਬੋਧਨ, ਹੁਣ ਜੇ ਮਾਧਿਅਮ ਸੰਬੋਧਨ ਦੀ ਗੱਲ ਕਰੀਏ ਤਾਂ ਕਈ ਪਰਿਵਾਰ ਅਜਿਹੇ ਹਨ ਜਿਸ ਵਿੱਚ ਕਿਸੇ ਨੂੰ ਕਿਸੇ ਦਾ ਨਾਮ ਲੈ ਕੇ ਬੁਲਾਉਣ ਦੀ ਮਨਾਹੀ ਹੁੰਦੀ ਹੈ। ਤਾਂ ਜਿਸ ਮਾਧਿਅਮ ਦੇ ਅਨੁਸਾਰ ਉਸ ਵਿਅਕਤੀ ਨੂੰ ਬੁਲਾਇਆ ਜਾਂਦਾ ਹੈ ਉਸਨੂੰ ਅਸੀਂ ਮਾਧਿਅਮ ਸੰਬੋਧਨ ਅਨੁਸਾਰ ਰਿਸ਼ਤੇਦਾਰੀ ਕਹਿੰਦੇ ਹਾਂ। ਇਸ ਤੋਂ ਬਾਅਦ ਸਾਡੇ ਕੋਲ ਜਿਹੜੀ ਰਿਸ਼ਤੇਦਾਰੀ ਹੁੰਦੀ ਹੈ ਉਸਨੂੰ ਅਸੀਂ ਮਾਤਲੇ ਰਿਸ਼ਤੇਦਾਰੀ ਕਹਿੰਦੇ ਹਾਂ। ਮਾਤਲੇ ਰਿਸ਼ਤੇਦਾਰੀ ਦਾ ਮਤਲਬ ਹੁੰਦਾ ਹੈ ਮਾਤਾ ਦੇ ਪਰਿਵਾਰ ਦੇ ਵਿੱਚ ਜੋ ਵੀ ਮੈਂਬਰ ਹੁੰਦੇ ਹਨ ਉਹਨਾਂ ਨੂੰ ਅਸੀਂ ਕਿਸ ਨਾਮ ਨਾਲ ਸੰਬੋਧਿਤ ਕਰ ਰਹੇ ਹਾਂ। ਜਿਵੇਂ ਮਾਮਾ ਹੋ ਗਿਆ, ਮਾਮੀ ਹੋ ਗਈ, ਮਾਸੀ ਜਾਂ ਮਾਸੜ, ਜਿਹੜੇ ਵੀ ਰਿਸ਼ਤੇਦਾਰੀਆਂ ਮਾਤਾ ਦੇ ਪਰਿਵਾਰ ਨਾਲ ਸੰਬੰਧ ਰੱਖਦੀਆਂ ਹਨ ਉਹਨਾਂ ਨੂੰ ਮਾਤਲੇ ਪਰਿਵਾਰ ਦੇ ਵਿੱਚ ਗਿਣਿਆ ਜਾਂਦਾ ਹੈ। ਇਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਪਿੱਤਰ ਸਰਵਸਤ੍ਰਿਯ ਪਰਿਵਾਰ ਜਾਂ ਪਿੱਤਰ ਸਰਵਸਤ੍ਰਿਯ ਰਿਸ਼ਤੇਦਾਰੀ। ਇਸ ਦੇ ਵਿੱਚ ਉਹ ਰਿਸ਼ਤੇਦਾਰੀਆਂ ਹੁੰਦੀਆਂ ਹਨ ਜੋ ਪਿਤਾ ਦੇ ਪਰਿਵਾਰ ਵਿੱਚ ਸੰਬੰਧ ਰੱਖਦੀਆਂ ਹਨ, ਜਿਵੇਂ ਪਿਤਾ ਦੀ ਭੈਣ ਹੋ ਗਈ, ਸਾਡੀ ਭੂਆ ਹੋ ਗਈ, ਜਾਂ ਫਿਰ ਐਵੇਂ ਦੇ ਹੀ ਹੋਰ ਰਿਸ਼ਤੇ ਜੋ ਕਿ ਪਰਿਵਾਰ ਦੇ ਵਿੱਚ ਪਿਤਾ ਨਾਲ ਸੰਬੰਧ ਰੱਖਦੇ ਹੋਣ। ਇਸ ਤਰ੍ਹਾਂ ਰਿਸ਼ਤੇਦਾਰੀ ਉਹ ਹੁੰਦੀ ਹੈ ਜੋ ਸਮਾਜ ਦੇ ਵਿੱਚ ਸਾਡੇ ਸੰਬੰਧਾਂ ਨੂੰ ਡਿਫਾਈਨ ਕਰਦੀ ਹੈ, ਅਤੇ ਦੋ ਤਰ੍ਹਾਂ ਦੀ ਹੁੰਦੀ ਹੈ, ਖੂਨ ਸੰਬੰਧੀ ਰਿਸ਼ਤੇਦਾਰੀ ਅਤੇ ਵਿਆਹ ਦੇ ਸੰਬੰਧਾਂ ਨਾਲ ਬਣੀ ਹੋਈਆਂ ਰਿਸ਼ਤੇਦਾਰੀਆਂ। ਇਹਨਾਂ ਦੇ ਅਲੱਗ ਅਲੱਗ ਰੀਤੀ ਰਿਵਾਜ ਹੁੰਦੇ ਹਨ। ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦਾ ਹੈ ਪਰਿਹਾਰ, ਉਸ ਤੋਂ ਬਾਅਦ ਆਉਂਦਾ ਹੈ ਮਾਧਿਅਮ ਸੰਬੋਧਨ, ਮਾਤਲਿਆ ਅਤੇ ਪਿੱਤਰ ਸਰਵਸਤ੍ਰਿਆ।